ਸ੍ਰੀਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੇ ਜੀ ਤੁਹਾਡਾ ਨਾਮ ਕੌਣ ਨਹੀਂ ਜਾਣਦਾ, ਤੁਸੀਂ ਸਾਡੀ ਲਾਈਨ ਦੇ ਉਸਤਾਦ ਹੋ ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਵੀਰ ਜੀ ਆਪਾਂ ਥੋੜੀ ਜੀ ਤੁਹਾਡੇ ਬਾਰੇ ਇੰਟਰਵਿਊ ਲੈ ਲਈਏ ਜੀ। ਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਵੀਰ ਜੀ? ਠੀਕ ਹੋ? ਮੇਰਾ ਨਾਮ ਹੈਗਾ ਜੀ ਗੁਰਦੇਵ ਸਿੰਘ, ਤੇ ਮੇਰਾ ਸ਼ਹਿਰ ਹੈਗਾ ਅਜਨਾਲਾ, ਜਿਹੜਾ ਹੈਗਾ ਜੀ ਅੰਮ੍ਰਿਤਸਰ। ਅੰਮ੍ਰਿਤਸਰ? ਹਾਂਜੀ, ਮੈਂ ਤੁਹਾਨੂੰ ਪਹਿਲੀ ਵਾਰੀ ਨਾ ਅੰਮ੍ਰਿਤਸਰ ਹੀ ਵੇਖਿਆ ਸੀ ਉੱਥੇ ਜੀ ਮੰਡੀ ਦੇ ਉੱਤੇ ਜੀ, ਤੇ ਮੈਨੂੰ ਇੱਦਾਂ ਨਹੀਂ ਸੀ ਪਤਾ ਤੁਸੀਂ ਘੋੜੀ ਵੀ ਰੱਖਦੇ ਹੋ, ਤੇ ਆਪਾਂ ਇਹੀ ਅੱਗੇ ਵੀ ਮਤਲਬ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਯੂਟਿਊਬ ਪਹਿਲਾਂ ਸ਼ੁਰੂ ਕਰੀ ਜਾਂ ਘੋੜੇ ਪਹਿਲਾਂ ਸ਼ੁਰੂ ਕਰੇ ਜੀ? ਮੈਂ ਪਹਿਲਾਂ ਘੋੜੀ ਰੱਖਣੀ ਸ਼ੁਰੂ ਕੀਤੀ ਸੀ। ਅੱਛਾ ਜੀ, ਮੈਂ ਜਦੋਂ ਛੋਟਾ ਸੀਗਾ ਮੈਨੂੰ ਘੋੜਿਆਂ ਦਾ ਬਹੁਤ ਸ਼ੌਂਕ ਸੀ। ਅੱਛਾ ਜੀ, ਘੋੜ ਸਵਾਰੀ ਦਾ ਬਹੁਤ ਸ਼ੌਂਕ ਸੀ। ਠੀਕ, ਮੇਰਾ ਬਚਪਨ ਦਾ ਪਤਾ ਨਹੀਂ ਸ਼ੁਰੂ ਤੋਂ ਹੀ ਮੈਨੂੰ ਲਗਾਵ ਸੀ ਵੀ ਮੈਂ ਇੱਕ ਘੋੜੀ ਰੱਖਣਾ ਚਾਹੁੰਦਾ, ਰਾਈਡਿੰਗ ਕਰਨੀ ਆ। ਦਾਦਾ ਜੀ ਰੱਖਦੇ ਹੁੰਦੇ ਨੇ ਜਾਂ? ਮੇਰੇ ਘਰੇ ਕੋਈ ਘੋੜੀ ਨਹੀਂ ਰੱਖਦਾ, ਪਹਿਲਾਂ ਕੋਈ ਨਹੀਂ ਸੀ ਰੱਖਦਾ। ਮੇਰੇ ਨਾ ਡੈਡੀ ਰੱਖਦੇ ਸੀ, ਨਾ ਮੇਰੇ ਫਾਦਰ ਆਪਣੇ ਦਾਦਾ ਜੀ ਸੀ ਕਿਸੇ ਕੋਲ, ਸਾਡੇ ਪੂਰੇ ਪਰਿਵਾਰ ਦੇ ਵਿੱਚ ਚਾਚੇ ਤਾਇਆਂ ਦੇ ਵਿੱਚ ਘੋੜੀ ਨਹੀਂ ਸੀ ਕਿਸੇ ਕੋਲ, ਨਹੀਂ ਸੀ ਹੈਗੇ। ਠੀਕ ਹੈ, ਮੈਨੂੰ ਪਤਾ ਨਹੀਂ ਕਿੱਥੋਂ ਸ਼ੌਂਕ ਪੈ ਗਿਆ। ਮਤਲਬ ਤੁਸੀਂ ਕਿਤੇ ਘੋੜੀ ਮੇਲੇ 'ਤੇ ਜਾਂਦਿਆਂ ਹੁੰਦਿਆਂ ਦੇਖੀ ਜਾਂ ਮਨੋ ਹੀ? ਮੇਰੇ ਘਰ ਦੇ ਸਾਹਮਣੇ ਜੀ ਇੱਕ BSF ਕੈਂਟ ਹੈ, ਉਹਦੇ ਅੰਦਰ ਵੀ ਫੌਜੀਆਂ ਦੀਆਂ ਘੋੜੀਆਂ ਨੇ। ਅਕਸਰ ਆਪਣੀ ਡਿਊਟੀ ਲਈ ਘੋੜੀਆਂ ਬਾਹਰ ਕੱਢ ਕੇ ਰਾਊਂਡ ਕਰਦੇ ਆ, ਕਿਉਂਕਿ ਮੈਂ ਬਿਲਕੁਲ ਬਾਰਡਰ 'ਤੇ ਰਹਿੰਦਾ। ਅੱਛਾ, ਉਹਨਾਂ ਨੂੰ ਵੇਖਦਾ ਹੁੰਦਾ ਜੀ ਛੋਟਾ ਹੁੰਦਾ, ਮੈਨੂੰ ਚੰਗਾ ਲੱਗਦਾ ਸੀ। ਮਤਲਬ ਉੱਥੋਂ ਹੀ ਆਪਾਂ ਨੂੰ ਸ਼ੌਂਕ ਪੈ ਗਿਆ ਜੀ? ਹਾਂ, ਇੱਦਾਂ ਹੀ ਦੇਖ ਦੇਖ ਕੇ ਸ਼ੌਂਕ ਪੈ ਗਿਆ ਜੀ ਘੋੜੀਆਂ ਦੇ। ਮਨ ਦੇ ਵਿੱਚ ਸ਼ੌਂਕ ਪੈਦਾ ਹੋ ਜਾਂਦਾ ਵੀ ਮੈਂ ਘੋੜ ਸਵਾਰੀ ਕਰਨੀ ਹੈ। ਅਤੇ ਕਿੰਨੀ ਕੁ ਉਮਰ ਦੇ ਸੀ ਜਦੋਂ ਆਪਾਂ ਘੋੜੀ ਲੈ? ਮੈਨੂੰ ਉਦੋਂ ਤਾਂ ਮੈਂ ਛੋਟਾ ਸੀ, ਛੋਟੇ ਹੁੰਦਾ ਤਾਂ ਘਰਦਿਆਂ ਘੋੜੀ ਨਹੀਂ ਲੈ ਕੇ ਦਿੱਤੀ, ਪਰ ਮੈਂ ਰਾਈਡਿੰਗ ਬਹੁਤ ਕਰਦਾ ਸੀ ਦੋਸਤਾਂ ਦੇ ਘਰਾਂ 'ਚ, ਪਿੰਡ 'ਚ, ਰਿਸ਼ਤੇਦਾਰਾਂ 'ਚ ਚਲੇ ਜਾਣਾ ਇੱਧਰ ਉੱਧਰ। ਅੱਛਾ ਜੀ, ਅਤੇ ਪਹਿਲੀ ਘੋੜੀ ਮੈਂ ਲਈ ਸੀ ਜੀ, ਪਹਿਲੀ ਵਾਰ ਸਵਾਰੀ ਕੀਤੀ ਸੀ 2007 ਦੇ ਵਿੱਚ ਜਦੋਂ ਮੈਂ ਰਾਈਡਿੰਗ ਸਿੱਖੀ ਸੀ। ਅੱਛਾ, 2007 ਦੇ ਵਿੱਚ? ਮਤਲਬ ਤੁਸੀਂ ਸਿੱਖ ਕੇ ਆਏ ਸੀ ਕਿਤੋਂ? ਮੈਂ ਕਿਸੇ, ਮੇਰਾ ਕਲਾਸਮੇਟ ਸੀ ਮੁੰਡਾ, ਮੈਂ ਤਾਂ ਪਲੱਸ ਵਨ 'ਚ ਪੜ੍ਹਦਾ ਸੀਗਾ। ਅੱਛਾ ਜੀ, 2007 ਵਿੱਚ ਉਦੋਂ ਮੈਂ, ਮੇਰੇ ਦੋਸਤ ਨੇ ਮੈਨੂੰ ਘੋੜੀ ਬਾਰੇ, ਇੱਕ ਮੁੰਡਾ ਆਪਣਾ ਦੋਸਤ ਦਾ ਮੈਂ ਨਾਮ ਹੀ ਲਊਂਗਾ, ਜਿਹਨੇ ਮੈਨੂੰ ਪਹਿਲੀ ਵਾਰ ਜਾ ਸਿਖਾਈ ਹੈ। ਜ਼ਰੂਰ ਦੱਸੋ ਜੀ। ਜਿਹਦਾ ਨਾਮ ਹੈਗਾ ਨਿਸ਼ਾਨ ਸਿੰਘ। ਅੱਛਾ ਜੀ, ਠੀਕ ਹੈ, ਉਹ ਵੀ ਇਹ ਵੀਡੀਓ ਵੇਖਿਆ ਤਾਂ ਖੁਸ਼ ਹੋਊਗਾ। ਹਾਂਜੀ, ਉਹ ਹੁਣ UK ਰਹਿੰਦਾ ਆ। ਅੱਛਾ ਜੀ, ਉਹ UK ਚਲੇ ਗਿਆ ਸੀ ਪੜ੍ਹਾਈ ਤੋਂ ਬਾਅਦ, ਉਹਨੇ ਮੈਨੂੰ ਘੋੜੀ 'ਤੇ ਸਵਾਰੀ ਕਰਨੀ ਸਿਖਾਈ ਸੀ। ਠੀਕ ਹੈ ਜੀ, ਜੇ ਤੁਸੀਂ ਕਹੋਗੇ ਤਾਂ ਮੈਂ ਵਟਸਐਪ 'ਤੇ ਤੁਹਾਨੂੰ ਫੋਟੋ ਭੇਜ ਦਿਆਂਗਾ, ਮੇਰੀ ਪਹਿਲੀ ਫੋਟੋ ਜਿਸ ਘੋੜੀ 'ਤੇ ਮੈਂ ਰਾਈਡਿੰਗ ਸਿੱਖੀ ਸੀ 2007 ਦੀ, ਉਹ ਫੋਟੋ ਮੇਰੇ ਕੋਲ ਅੱਜ ਵੀ ਸਾਂਭੀ ਪਈ। ਉਹ ਤੁਸੀਂ ਜ਼ਰੂਰ ਦਿਓ, ਕਿਉਂਕਿ ਆਪਾਂ ਨੂੰ ਸਾਰੇ ਦਰਸ਼ਕਾਂ ਨੂੰ ਉਹ ਤੁਹਾਨੂੰ ਜਾਣਦੇ ਨੇ ਵੀ ਤੁਸੀਂ ਇੱਕ ਯੂਟਿਊਬਰ ਹੋ, ਪਰ ਤੁਹਾਡੀ ਜ਼ਿੰਦਗੀ ਦੇ ਬਾਰੇ ਨਹੀਂ ਜਾਣਦੇ। ਆਪਣਾ ਮਕਸਦ ਇਹੀ ਸੀ ਵੀ ਆਪਾਂ ਇੱਕ ਗੁਰਦੇਵ ਫੋਟੋਗ੍ਰਾਫੀ ਜੋ ਉਹਨਾਂ ਦੇ ਆਪਣਾ ਕਿਵੇਂ ਦਾ ਮਾਹੌਲ ਰਿਹਾ, ਕਿੱਥੋਂ ਤੁਹਾਨੂੰ ਸ਼ੌਂਕ ਪਿਆ, ਹੈ ਨਾ ਜੀ? ਜੀ, ਅਤੇ ਉਹ ਵੀਡੀਓ ਤੁਹਾਨੂੰ ਤੁਸੀਂ ਸਾਨੂੰ ਵਟਸਐਪ 'ਤੇ ਜ਼ਰੂਰ ਸ਼ੇਅਰ ਕਰੋ, ਅਸੀਂ ਆਪਣੇ ਯੂਟਿਊਬ 'ਤੇ ਜ਼ਰੂਰ ਸ਼ੇਅਰ ਕਰਾਂਗੇ। ਪੁਰਾਣੀ ਫੋਟੋ ਭੇਜ ਦਿਆਂਗਾ, ਤੁਸੀਂ ਜ਼ਰੂਰ ਦਿਖਾ ਸਕਦੇ ਹੋ। ਅਤੇ ਉਸ ਤੋਂ ਬਾਅਦ ਫਿਰ ਯੂਟਿਊਬ ਕਦੋਂ ਸ਼ੁਰੂ ਕਰੀ ਜੀ ਆਪਾਂ? ਇਹ ਮੈਂ ਜੀ ਪਹਿਲੀ ਘੋੜੀ ਲਾਈਫ 'ਚ ਰਾਈਡਿੰਗ 2007 ਸਿੱਖੀ ਸੀ, ਮੈਂ 2010-11 ਦੇ ਵਿੱਚ ਪਹਿਲੀ ਘੋੜੀ ਲਈ ਸੀ ਆਪਣੀ। ਠੀਕ ਹੈ ਜੀ, ਅਤੇ ਤੁਸੀਂ ਮੰਨ ਲਓ ਵੀ 10 ਸਾਲ ਤੋਂ ਮੈਂ ਘੋੜੀਆਂ ਰੱਖ ਰਿਹਾ। ਅੱਛਾ ਜੀ, ਅਤੇ 2016 ਦੇ ਵਿੱਚ ਮੈਂ ਆਪਣਾ ਕੈਮਰਾ ਲਿਆ ਸੀ। ਠੀਕ ਹੈ ਜੀ, ਉਦੋਂ ਤੋਂ ਮੈਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦਾ। ਅੱਛਾ ਜੀ, ਕੋਈ 5 ਸਾਲ ਮੈਨੂੰ ਫੋਟੋਗ੍ਰਾਫੀ ਕਰਦੇ ਨੂੰ ਹੋ ਗਏ, ਮੈਂ ਘੋੜਿਆਂ ਦਾ ਫੋਟੋਗ੍ਰਾਫਰ ਹਾਂ। ਅੱਛਾ ਜੀ, ਯੂਟਿਊਬ ਵੀਡੀਓ ਤੋਂ ਪਹਿਲਾਂ ਮੈਂ ਇਹਨਾਂ ਦੀ ਸਟਿਲ ਫੋਟੋਗ੍ਰਾਫੀ ਕਰਨੀ ਸ਼ੁਰੂ ਕੀਤੀ ਹੈ। ਠੀਕ ਹੈ ਜੀ, ਸਟਿਲ ਫੋਟੋਗ੍ਰਾਫੀ ਕਰਦਾ ਸੀ, ਫਿਰ ਮੈਂ ਵੀਡੀਓ ਬਣਾਉਣ ਲੱਗ ਗਿਆ ਜੀ। ਫਿਰ ਮਤਲਬ ਮਨ ਦੇ ਵਿੱਚ ਇਹ ਵੀ ਆਇਆ ਵੀ ਆਪਾਂ ਕਿਉਂ ਨਾ ਯੂਟਿਊਬ ਵੀ ਸਟਾਰਟ ਕੀਤੀ ਜੇ, ਹੈ ਨਾ ਜੀ? ਹਾਂਜੀ 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 ਹਾਂਜੀ, ਇਹਨਾਂ ਤੋਂ ਪਹਿਲਾਂ ਇੱਕ ਘੋੜਿਆਂ ਦਾ ਫੋਟੋਗ੍ਰਾਫਰ ਬਣਨ ਤੋਂ ਪਹਿਲਾਂ ਮੈਂ ਇੱਕ ਫਿਲਮ ਆਰਟਿਸਟ ਹਾਂ। ਅੱਛਾ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਐਜ਼ ਐਕਟਰ ਕੰਮ ਕੀਤਾ ਜੀ, ਮੈਂ ਸਟੋਰੀ ਰਾਈਟਰ। ਇਹ ਵੀ ਦਰਸ਼ਕ ਨਹੀਂ ਸੀ ਜਾਣਦੇ ਤੁਹਾਡੇ ਬਾਰੇ ਜੀ? ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਐਜ਼ ਅ ਐਕਟਰ ਵੀ ਕੰਮ ਕੀਤਾ ਹੈ। ਅੱਛਾ ਜੀ, ਐਜ਼ ਅ ਸਿੰਗਰ ਮੇਰੇ ਆਪਦੇ 5 ਗਾਣੇ ਵੀ ਆਏ ਹੋਏ, ਮੈਂ ਗਾਉਂਦਾ ਵੀ ਹਾਂ। ਐਜ਼ ਅ ਸਟੋਰੀ ਰਾਈਟਰ ਅਤੇ ਫਿਲਮ ਡਾਇਰੈਕਟਰ ਵੀ ਬਹੁਤ ਕੰਮ ਕੀਤਾ। ਇਹ ਤੁਹਾਡੇ ਬਾਰੇ ਕੋਈ ਵੀ ਨਹੀਂ ਜਾਣਦਾ ਤਕਰੀਬਨ, ਹੈ ਨਾ ਜੀ? ਜੀ, ਅਤੇ ਤੁਸੀਂ ਇਹ ਵੀ ਸਾਨੂੰ ਦੱਸੋ ਵੀ ਕਦੋਂ ਤੋਂ ਤੁਸੀਂ ਇਹ ਜੋ ਐਕਟਿੰਗ ਵਗੈਰਾ ਦਾ ਸ਼ੁਰੂ ਕਰਿਆ ਸੀ? ਉਹ ਮੇਰਾ ਸਕੂਲ ਟਾਈਮ ਤੋਂ ਸੀ। ਅੱਛਾ ਜੀ, ਜਦੋਂ ਮੈਂ ਪੜ੍ਹਦਾ ਸੀਗਾ ਮੰਨ ਲਓ 6th-7th ਹੋਊਂਗਾ, ਅੱਛਾ, ਉਦੋਂ ਤੋਂ ਮੈਂ ਸਕੂਲ ਦੇ ਵਿੱਚ ਭੰਗੜਾ ਕੰਪੀਟੀਸ਼ਨ ਹੋ ਗਈ, ਕਵਿਸ਼ਰੀ ਹੋ ਗਈ, ਸਿੰਗਿੰਗ ਹੋ ਗਈ, ਹਾਂਜੀ, ਆਪਣਾ ਐਕਟਿੰਗ ਹੋ ਗਈ, ਕਾਮੇਡੀ ਹੋ ਗਈ, ਸਕਿੱਟਾਂ ਹੋ ਗਈਆਂ, ਹਾਂਜੀ, ਮੈਂ ਸਾਰਾ ਕੁਝ ਸਕੂਲ ਟਾਈਮ ਤੋਂ ਕਰਦਾ ਸੀਗਾ, ਅਤੇ ਐਜ਼ ਆ ਸਟੈਂਡ ਅਪ ਕਾਮੇਡੀਅਨ ਵੀ ਮੈਂ ਬਹੁਤ ਸ਼ੋਅ ਕੀਤੇ ਹੋਏ। ਅੱਛਾ ਜੀ, ਠੀਕ ਹੈ। ਅਤੇ ਉਹ ਆਪਣੇ ਚੈਨਲ ਵਗੈਰਾ 'ਤੇ ਵੀ ਆਉਂਦੇ ਸਨ ਜਾਂ? ਸਾਰਾ ਕੁਝ ਜੀ, ਦੂਰਦਰਸ਼ਨ ਜਲੰਧਰ 'ਤੇ ਮੈਂ ਬਹੁਤ ਕੰਮ ਕੀਤਾ। ਅੱਛਾ ਜੀ, ਹਾਂਜੀ, ਠੀਕ ਹੈ। ਦੂਰਦਰਸ਼ਨ ਜਲੰਧਰ 'ਤੇ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਸ਼ੁਰਲੀਆਂ, ਸ਼ੁਰਲੀਆਂ, 6-7 ਸਾਲ ਪਹਿਲਾਂ, ਉਹਦੇ 'ਚ ਮੇਰਾ ਸਟੈਂਡ ਅਪ ਕਾਮੇਡੀ ਦਾ ਮੇਰਾ ਐਪੀਸੋਡ ਆਉਂਦੇ ਸੀ। ਮਤਲਬ ਉਹਦੇ ਵਿੱਚ ਤੁਸੀਂ ਕਾਮੇਡੀ ਕਰਦੇ ਹੁੰਦੇ ਸੀ? ਹਾਂਜੀ ਹਾਂਜੀ ਹਾਂਜੀ, ਠੀਕ ਹੈ। ਅਤੇ ਉਦੋਂ ਬਾਅਦ ਦੇ ਵਿੱਚ ਤੁਸੀਂ ਜਿਵੇਂ ਕਹਿ ਰਹੇ ਵੀ ਐਕਟਿੰਗ ਦੇ ਤੌਰ 'ਤੇ? ਹਾਂਜੀ ਹਾਂਜੀ, ਐਜ਼ ਆ ਸਿੰਗਰ ਫਿਰ ਮੇਰੇ ਗਾਣੇ ਆਏ ਜੀ, ਬਹੁਤ ਸਾਰੇ ਦੋਸਤਾਂ ਨੇ ਮੇਰਾ ਇੱਕ ਗਾਣਾ ਸੁਣਿਆ ਹੈ ਜੀ, ਮੇਰਾ ਗਾਣਾ ਆਇਆ ਸੀ ਪੱਗ, 4 ਸਾਲ ਪਹਿਲਾਂ ਗਾਣਾ ਆਇਆ ਸੀ ਪੱਗ,
ਤੂੰ ਲਾਜਪੁੱਤ ਰੱਖੀ ਪੱਗ ਦੀ, ਤੂੰ ਲਾਜਪੁੱਤ ਰੱਖੀ ਪੱਗ ਦੀ। ਅਤੇ ਇਹ ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਵਾਲਾ ਗੀਤ ਯੂਟਿਊਬ 'ਤੇ ਸਰਚ ਕਰਕੇ ਜ਼ਰੂਰ ਸੁਣਨਾ। ਅਤੇ ਜਿੰਨਾ ਆਪਾਂ ਇਹਨਾਂ ਦੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਹਾਂ, ਆਪਾਂ ਉਹਨਾਂ ਦੇ ਗਾਣੇ ਵੀ ਜਾ ਕੇ ਦੇਖੋ ਵੀ ਗਾ ਚੁੱਕੇ ਨੇ। ਅਤੇ ਇਹੀ ਆਪਾਂ ਅੱਜ ਦੀ ਜੋ ਵੀਡੀਓ ਹੈ, ਮੈਨੂੰ ਲੱਗਦਾ ਨਹੀਂ ਤੁਸੀਂ ਪਹਿਲਾਂ ਕਿਸੇ ਨੂੰ ਇਹ ਨਹੀਂ ਇਹ ਇੰਟਰਵਿਊ 'ਚ ਸਿਰਫ ਤੁਹਾਨੂੰ ਪਹਿਲੀ ਵਾਰੀ ਦੱਸਿਆ। ਠੀਕ ਹੈ, ਹੋਰ ਵੀ ਰੱਖੀਆਂ ਨੇ ਇੱਧਰ, ਹੈ ਨਾ? ਹਾਂਜੀ ਹਾਂਜੀ ਹਾਂਜੀ, ਆਪਣੇ ਬਾਕੀ ਫਾਰਮ ਦੀਆਂ ਘੋੜੀਆਂ ਆਈਆਂ ਹੋਈਆਂ ਜੀ। ਆਪਣੇ ਕੋਲ ਇਸ ਵੇਲੇ 15 ਘੋੜੀਆਂ ਆਪਾਂ ਮੰਡੀ 'ਚ ਲੈ ਕੇ ਆਏ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ 15 ਘੋੜੀਆਂ ਸਾਰੀਆਂ ਫੋਰ ਸੇਲ ਨੇ, 3-4 ਘੋੜੀਆਂ ਤਾਂ ਆਪਾਂ ਸੇਲ ਕਰਤੀਆਂ ਨੇ। ਠੀਕ ਹੈ ਜੀ, ਅਤੇ ਬਾਕੀ ਵੀ ਫੋਰ ਸੇਲ ਹੈ ਜੀ। ਮੰਡੀ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਪੂਰਾ ਵਧੀਆ, ਹਾਂਜੀ ਹਾਂ, ਬਣਿਆ ਹੋਇਆ ਬਹੁਤ ਵਧੀਆ, ਪੂਰਾ ਨਜ਼ਾਰੇ ਚੱਲ ਰਹੇ ਜੀ। ਕੱਲ੍ਹ ਨੂੰ ਵੀ ਇੰਨਾ ਹੀ ਮਾਹੌਲ ਰਹੇਗਾ? ਕੱਲ੍ਹ ਨੂੰ ਵੀ ਮੰਡੀ ਪੂਰੀ, ਇਹਨੂੰ ਜ਼ਿਆਦਾ ਭਰੂਗੀ ਜੀ, ਇੱਦੂ ਵੀ ਜ਼ਿਆਦਾ ਭਰੂਗੀ, ਪਰਸੋਂ ਵੀ ਰਸ਼ ਪਊਗਾ, ਕੱਲ੍ਹ ਵੀ 2 ਦਿਨ ਪੂਰਾ ਰਸ਼ ਰਹੂਗਾ ਜੀ। ਅੱਛਾ, ਠੀਕ ਹੈ। ਹਾਂਜੀ, ਕੋਈ ਹੋਰ ਗੱਲ ਘੋੜਿਆਂ ਦੇ ਪ੍ਰਤੀ? ਬਸ ਜੀ, ਸਾਨੂੰ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੈ ਜੀ, ਜੀ ਹਾਂਜੀ, ਇਸ ਲਈ ਤੁਹਾਡਾ ਅਸੀਂ ਟਾਈਮ ਖਰਾਬ ਨਹੀਂ ਕਰਨਾ ਚਾਹੁੰਦੇ। ਕੋਈ ਗੱਲ ਨਹੀਂ ਜੀ, ਤੁਸੀਂ ਮੇਰੇ ਕੋਲ ਆਇਓ, ਆਪਾਂ ਤੁਹਾਡਾ ਵੀਡੀਓ ਕਰਾਂਗੇ। ਅੱਛਾ ਜੀ, ਤੁਸੀਂ ਮੇਰੇ ਕੋਲ ਫਾਰਮ 'ਤੇ ਆਇਓ, ਮੈਂ ਤੁਹਾਡਾ ਵੀਡੀਓ ਸ਼ੂਟ ਕਰੂੰਗਾ, ਤੁਹਾਡੇ ਬਾਰੇ ਪੁੱਛਾਂਗੇ, ਤਾਂ ਜ਼ਰੂਰ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਬਾਈ ਉਹਨਾਂ ਦਾ ਪਹਿਲਾਂ ਇੱਕ ਚੈਨਲ ਸੀ ਜਿਹੜਾ ਕਿਸੇ ਵਜ੍ਹਾ ਕਰਕੇ ਹੈਕ ਹੋ ਗਿਆ ਜਾਂ ਬੰਦ ਹੋ ਗਿਆ ਜਾਂ ਕਿਸੇ ਨੇ ਚੋਰੀ ਕਰ ਲਿਆ। ਹਾਂਜੀ, ਸੋ ਤੁਸੀਂ ਵਧੀਆ ਮਿਹਨਤ ਕਰ ਰਹੇ ਹੋ, ਤੁਹਾਡੇ ਬਲੌਗਸ ਵਧੀਆ ਬਣਦੇ ਨੇ, ਅਤੇ ਸਾਰੇ ਦਰਸ਼ਕ ਤੁਹਾਨੂੰ ਵੱਧ ਤੋਂ ਵੱਧ ਸਪੋਰਟ ਕਰਨ। ਮੈਂ ਸਾਰਿਆਂ ਗਾੜੀ ਇਹ ਰਿਕੁਐਸਟ ਕਰਨਾ ਚਾਹੂੰਗਾ ਕਿ ਆਪਣੇ ਭਰਾ ਦੀ ਜ਼ਰੂਰ ਸਪੋਰਟ ਕਰੋ, ਮਿਹਨਤ ਕਰਦੇ ਨੇ ਤਾਂ ਬਣਦੀ ਵੀ ਹੈ ਜੀ। ਠੀਕ ਹੈ ਵੀਰ ਜੀ, ਠੀਕ ਹੈ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।